ਵਾਰਡ ਨੰਬਰ 19 ਦੇ ਅਧੀਨ ਆਉਂਦੇ ਇਲਾਕੇ ਮੁਸਵਾਬਾਦ ਵਿਖੇ ਹਲਕਾ ਵਿਧਾਇਕ ਸੁਨੀਲ ਦੱਤੀ ਵੱਲੋਂ ਪਹੁੰਚ ਕੇ ਇਲਾਕੇ ਦਾ ਦੌਰਾ ਕੀਤਾ ਗਿਆ ਅਤੇ ਸ਼੍ਰੀ ਗੁਰੂ ਰਵਿਦਾਸ ਮੰਦਿਰ ਦੇ ਹਾਲ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸ਼੍ਰੀ ਦੱਤੀ ਨੇ ਆਖਿਆ ਕਿ ਇਸ ਹਾਲ ਦੇ ਨਿਰਮਾਣ ਲਈ 10 ਲੱਖ ਰੁਪਏ ਖਰਚ ਕੀਤੇ ਜਾਣਗੇ ਅਤੇ ਇਹਨਾਂ ਚੱਲ ਰਹੇ ਕੰਮਾਂ ਵਿੱਚ ਕਿਸੇ ਵੀ ਕਿਸਮ ਦੀ ਕਮੀ ਨਹੀਂ ਆਉਣ ਦਿੱਤੀ ਜਾਏਗੀ। ਮੰਦਿਰ ਕਮੇਟੀ ਨੂੰ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਕੌਂਸਲਰ ਹਰਨੇਕ ਸਿੰਘ, ਵਿੱਕੀ ਪ੍ਰਧਾਨ, ਜ਼ਿਲ੍ਹਾ ਪਲਾਨਿੰਗ ਬੋਰਡ ਦੇ ਮੈਂਬਰ ਗੁਰਜੀਤ ਸਿੰਘ ਸੋਨੂੰ, ਹਰਜੀਤ ਲਾਲ, ਦਰਸ਼ਨ, ਵੇਦ ਪ੍ਰਕਾਸ਼ ਸਮੇਤ ਵੱਡੀ ਗਿਣਤੀ ਵਿੱਚ ਮੈਂਬਰ ਇਸ ਮੌਕੇ ਮੌਜੂਦ ਸਨ। ਮੁਸਾਬਾਦ ਦੇ ਵਿੱਚ ਪਹੁੰਚੇ ਹਾਂ ਅਤੇ ਵਾਰਡ ਨੰਬਰ ਸਾਡੀ 19 ਹੈ ਔਰ ਸਰਦਾਰ ਨੇਕ ਸਿੰਘ ਜੀ ਕੌਂਸਲਰ ਨੇ ਇੱਥੇ ਗੁਰੂ ਰਵਿਦਾਸ ਭਵਨ ਦਾ ਅਸੀਂ ਲੈਂਟਰ ਦਾ ਕੰਮ ਸ਼ੁਰੂ ਕੀਤਾ। ਚਾਰ ਦੁਆਰੀਆਂ ਹੋ ਗਈਆਂ ਨੇ ਔਰ ਹੁਣ ਲੈਂਟਰ ਦਾ ਤੁਸੀਂ ਦੇਖ ਰਹੇ ਜੇ ਕੰਮ ਸ਼ੁਰੂ ਕਰ ਦਿੱਤਾ ਹੈ। ਮੈਂ ਬਹੁਤ ਬਹੁਤ ਵਧਾਈ ਦਿੰਦਾ ਇਲਾਕਾ ਨਿਵਾਸੀਆਂ ਨੂੰ। ਜਿਸ ਤਰ੍ਹਾਂ ਆਪ ਜੀ ਰੋਜ਼ ਦੇਖਦੇ ਹੋ ਹਲਕਾ ਨੌਰਥ ਵਿੱਚ ਜਿੰਨੇ ਗੁਰੂ ਘਰ ਨੇ, ਗੁਰਦੁਆਰਾ ਸਾਹਿਬ, ਮੰਦਰ, ਚਰਚ, ਸਭ ਨੂੰ ਬੰਦੀ ਗ੍ਰਾਂਟ ਜੋ ਡਿਮਾਂਡ ਪਬਲਿਕ ਦੀ ਹੈਗੀ ਦਿੱਤੀ ਜਾ ਰਹੀ ਹੈ। ਆਪ ਜੀ ਦੇ ਮਾਧਿਅਮ ਰਾਹੀਂ ਕਹਾਂਗਾ ਕਿ ਜਿੱਥੇ ਵੀ ਤੁਹਾਨੂੰ ਕਿਸੇ ਵੀ ਇਲਾਕੇ 'ਚ ਹੋਰ ਲੋੜ ਹੈ ਮੈਨੂੰ ਆ ਕੇ ਮਿਲ ਲਓ ਔਰ ਗੁਰੂ ਘਰਾਂ ਲਈ ਖੁੱਲ੍ਹੇ ਇਹ ਗੱਫੇ ਜਿਹੜੇ ਸਰਕਾਰ ਵੱਲੋਂ ਆਏ ਆ ਮੈਨੂੰ ਉਹ ਆਪਣੇ ਪ੍ਰਾਪਤ ਕਰ ਲਓ। ਸਾਡੇ ਮਾਨਯੋਗ MLA ਸ਼੍ਰੀ ਸੁਨੀਲ ਦੱਤੀ ਜੀ ਸਾਡੇ ਮੁਸਤਾਬਾਦ ਵਾਰਡ ਨੰਬਰ 19 ਵਿੱਚ ਆਏ ਨੇ। ਇਹਨਾਂ ਨੇ ਸ਼੍ਰੀ ਗੁਰੂ ਰਵਿਦਾਸ ਜੀ ਮੰਦਰ ਵਾਸਤੇ ਬੜੇ ਖੁੱਲ੍ਹੇ ਦਿਲ ਦੇ ਨਾਲ ਗ੍ਰਾਂਟ ਦਿੱਤੀ ਆ 10 ਲੱਖ ਰੁਪਈਆ ਕਹਿੰਦੇ ਭਾਵੇਂ ਵੱਧ ਵੀ